ਤੁਸੀਂ ਮੈਨੂੰ ਦਿਖਾਓ ਕਿੱਥੇ ਹਿੰਦੂ ਸਿੱਖ ਏਕਤਾ 'ਚ ਫਰਕ ਹੈ ਜੀ। ਕਿਤੇ ਫਰਕ ਨਹੀਂ ਹੈਗਾ। ਇਹਦਾ ਥੋੜ੍ਹੇ ਜਿਹੇ ਬੰਦੇ ਨੇ, ਦੋ ਚਾਰ ਸਿੱਖਾਂ 'ਚ ਵੀ ਹੈਗੇ ਨੇ ਅਤੇ ਪੰਜ ਸੱਤ ਹਿੰਦੂਆਂ 'ਚ ਵੀ ਹੈਗੇ ਨੇ ਜਿਹੜੇ ਮਾਹੌਲ ਖਰਾਬ ਕਰਦੇ ਨੇ। ਸੂਰੀ ਵਰਗੇ ਸੀਗੇ, ਜੇ ਇਹਨਾਂ 'ਤੇ ਸਰਕਾਰ ਨੇ ਪੁਲਿਸ ਨੇ ਪਹਿਲਾਂ ਹੀ ਕੋਈ ਐਕਸ਼ਨ ਲਿਆ ਹੁੰਦਾ ਤਾਂ ਇਹ ਗੱਲ ਨੌਬਤ ਇੱਥੇ ਤੱਕ ਆਉਂਦੀ ਹੋਣੀ ਸੀ। ਇਹੀ ਪੰਜਾਬ ਪੁਲਿਸ ਹੈ, ਇਹੀ ਪੰਜਾਬ ਸਰਕਾਰ ਹੈ ਜਿਹੜੀ 24 ਘੰਟੇ 'ਚ ਫੜ ਲੈਂਦੀ ਹੈ ਬੰਦੇ ਨੂੰ, ਅਤੇ 7 ਸਾਲ 'ਚ ਕਿਤੇ ਪਤਾ ਹੀ ਨਹੀਂ ਲੱਗਿਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕਿਹਨੇ ਕੀਤੀਆਂ ਨੇ। 84 ਦੇ ਜਿਹੜੇ ਨੇ ਦੰਗੇ ਕਰੇ ਉਹ ਅੱਜ ਤੱਕ ਖੁੱਲ੍ਹੇ ਭਰਦੇ ਫਿਰ ਤੁਰੇ ਫਿਰਦੇ ਨੇ, ਬਲਕਿ ਕਾਂਗਰਸ ਪਾਰਟੀ ਉਹਨਾਂ ਨੂੰ ਆਪਣੇ ਨੁਮਾਇੰਦੇ ਬਣਾਉਂਦੀ ਹੈ। ਮੈਂ ਹਿੰਦੂ ਸਿੱਖ ਭਾਈਚਾਰ ਮੁਸਲਿਮ ਭਾਈਚਾਰ ਏਕਤਾ ਪੰਜਾਬ 'ਚ ਖਰਾਬ ਕਰਾਂ, ਮੈਨੂੰ ਟੰਗਣ ਉਹ ਸ਼ਰੇਆਮ ਕਰ ਰਹੇ ਨੇ। ਮੈਂ ਤਾਂ ਭਗਵੰਤ ਮਾਨ ਨੂੰ ਮਿਲ ਕੇ ਇਹ ਗੱਲ ਕਹਿ ਕੇ ਆਊਂਗਾ ਵੀ ਤੈਨੂੰ ਕਿਸੇ ਚੀਜ਼ ਦੀ ਫਿਕਰ ਕਰਨ ਦੀ ਲੋੜ ਨਹੀਂ, ਸੁਰੱਖਿਆ ਵਾਪਸ ਲੈ ਲੈ। ਜੇ ਇੱਕ ਵੀ ਬੋਲ ਗਿਆ, ਬੋਲਦੇ ਹੀ ਸੁਰੱਖਿਆ ਕਰਕੇ ਨੇ ਯਾਰ ਉਹ। ਮੈਂ ਜਿੰਨੇ ਸਾਡੇ ਸੌਦੇ ਨੇ, ਜਿੰਨੇ ਸੋਨੇ ਵਾਲੇ ਨੇ, ਜਿੰਨੇ ਆਪਣੇ ਹੋਰ ਸਾਰੇ ਤਾਂ ਯਾਰ ਹਿੰਦੂ ਨੇ, ਸਾਡੇ ਆੜਤੀਏ ਹਿੰਦੂ ਨੇ, ਕਿਤੇ ਹਿੰਦੂ ਸਿੱਖ ਭਾਈਚਾਰਕ ਏਕਤਾ ਨੂੰ ਤਾਂ ਕਿਤੇ ਵੀ ਕੋਈ ਨਹੀਂ। ਇਹ 5-4 ਕੁ ਬੰਦੇ ਨੇ, ਇਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ, ਹੁਣ ਵੀ ਮਾਹੌਲ ਖਰਾਬ ਕਰਦੇ ਨੇ ਉਹ। ਇੱਕ ਬੰਦੇ ਨੇ ਉਹਦੇ ਮਰੇ 'ਤੇ, ਸੂਰੀ ਦੇ ਮਰੇ 'ਤੇ ਲੱਡੂ ਵੰਡਦੇ, ਉਹਦੇ 'ਤੇ 295 ਦਾ ਪਰਚਾ ਦਿੱਤਾ ਇਸੇ ਸਰਕਾਰ ਨੇ, ਇਸੇ ਪੁਲਿਸ ਨੇ, ਹੈ ਨਾ। ਇੱਕ ਬੰਦਾ ਸ਼ਰੇਆਮ ਕਹਿ ਰਿਹਾ ਵੀ ਮੈਂ ਸਿੱਖਾਂ ਨੂੰ ਖਤਮ ਕਰ ਦੂੰਗਾ, ਅੰਦਰੋਂ ਕੱਢ ਕੇ ਮਾਰ ਦੂੰਗਾ, ਉਹਦੇ 'ਤੇ ਕੋਈ ਪਰਚਾ ਨਹੀਂ। ਸਰਸੇ ਵਾਲੇ ਨੂੰ ਲਿਆ ਕੇ ਟੰਗ ਨਹੀਂ ਸਕਦੇ? ਜੇ ਹੋਰ ਨੂੰ ਫੜ ਕੇ ਬਾਹਰੋਂ ਫੜ ਲਿਆਉਂਦਾ, ਇੱਕ ਉਹ ਡਾਊਨ ਸੀਗਾ ਜਿਹੜਾ ਜੇਲ੍ਹ 'ਚ ਹੈ, ਉਹ ਬਾਹਰਲੇ ਪੁਰਤਗਾਲ 'ਚੋਂ ਫੜ ਲਿਆ ਉਹਨੂੰ, ਇਹਨੂੰ ਇੱਥੋਂ ਸਰਸੇ 'ਤੇ ਨੂੰ ਫੜ ਕੇ ਲਿਆ ਸਕਦੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਨਸਾਫ ਮੰਗਦੀਆਂ, ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ 'ਤੇ ਗੋਲੀ, ਠੀਕ ਹੈ। ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਦੇ ਨੇ, ਸਿੱਖ ਕੌਮ ਦੇ ਉਲਟ ਬੋਲਦੇ ਨੇ, ਉਹਨਾਂ ਨੂੰ ਸੁਰੱਖਿਆ, ਇਨਸਾਫ ਦੇਣਾ ਚਾਹੀਦਾ। ਦੇਖੋ ਮੈਂ ਆਪ ਹਿੰਦੂਆਂ ਦੇ ਖਿਲਾਫ ਬੋਲਾਂ, ਮੁਸਲਮਾਨਾਂ ਦੇ ਖਿਲਾਫ ਬੋਲਾਂ, ਇਸਾਈਆਂ ਦੇ ਬੋਲਾਂ, ਮੈਨੂੰ ਫੜ ਕੇ ਟੰਗਣਾ ਚਾਹੀਦਾ ਚਾਹੇ ਕੋਈ ਹੈ। ਜਿਹੜਾ ਸਾਡੇ ਖਿਲਾਫ ਸਿੱਖਾਂ ਦੇ ਬੋਲਦਾ ਉਹਨੂੰ ਵੀ ਟੰਗਣਾ ਚਾਹੀਦਾ, ਉਹਨੂੰ ਯਾਰ ਫਿਰ ਜਾਗਟਾਂ ਦਿੰਦੇ ਨੇ ਜਾ ਕੇ। ਦੇਖੋ ਇੱਕੋ ਹਿੰਦੂ ਭਾਈਚਾਰੇ ਦੇ ਵਿੱਚ ਮੁੰਡਾ ਪੱਤਰਕਾਰ ਹੈ, ਉਹਨੇ ਉਹ ਕਿੰਨੇ ਠੋਕੇ ਨੇ 7-8 ਕਿੰਨੇ, ਉਹ ਛੁੱਕਲੀ ਲੈ ਗਿਆ ਪਾ ਕੇ, ਕਹਿੰਦਾ ਤੁਹਾਨੂੰ ਜਾਗਟਾਂ ਦੀ ਲੋੜ ਨਹੀਂ, ਇਹਦੀ ਲੋੜ ਹੈ। ਕਿੱਡੀ ਵਧੀਆ ਗੱਲ ਹੈ, ਔਰ ਅਸੀਂ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਉਹਨੂੰ 11,000 ਰੁਪਇਆ ਦੇ ਕੇ ਸਨਮਾਨਿਤ ਕਰਾਂਗੇ। ਯਾਰ ਉਹਨੇ ਸੱਚ ਤਾਂ ਬੋਲਿਆ, ਉਹਨੇ ਸਹੀ ਗੱਲ ਦੱਸੀ। ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਇਸ ਟਾਈਮ ਹੋ ਰਹੇ ਨੇ, ਸਿਰਫ ਅਸੀਂ ਉਹਦੇ ਲਈ ਇਹ ਕਹਾਂਗੇ ਵੀ ਆਪਸੀ ਭਾਈਚਾਰਕ ਸਾਂਝ ਜ਼ਰੂਰੀ ਆ, ਠੀਕ ਆ। ਹਿੰਦੂ ਮੁਸਲਿਮ ਸਿੱਖ ਇਸਾਈ ਸਾਰੇ ਭਰਾ ਨੇ, ਕੋਈ ਸਾਡੇ ਤੋਂ ਵੱਖ ਨਹੀਂ ਹੈਗਾ। ਸਿਰਫ ਆਪਾਂ ਇਹ ਭਾਈਚਾਰਕ ਸਾਂਝ ਆ ਜਿਹੜੀ, ਆਪਾਂ ਇਹਨੂੰ ਮਜ਼ਬੂਤ ਕਰਨਾ, ਨਾ ਕਿ ਧੜੇਬੰਦੀਆਂ ਨੂੰ। ਦੇਖੋ ਅੱਜ ਅਟਾਲਾਂ ਦੀ ਸੰਗਤ ਨੇ, ਸਾਡੀ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਹੈ ਖੰਨੇ ਦੀ, ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਗੁਰਪੁਰਬ ਨੂੰ ਸਮਰਪਿਤ ਉਰੇ ਧਾਰਮਿਕ ਸਮਾਗਮ ਕਰਾਇਆ ਸੀ। ਉਹਦੇ ਵਿੱਚ ਸਾਰੀ ਜਥੇਬੰਦੀ ਵਾਰਸ ਪੰਜਾਬ ਦੀ ਸਾਡੀ ਆਈ ਹੈ। ਸਰਦਾਰ ਹਰਨੇਕ ਸਿੰਘ ਫੌਜੀ, ਦੀਪ ਦਾ ਬ੍ਰਦਰ ਮਨਦੀਪ ਸਿੱਧੂ, ਸਾਰੇ ਅਸੀਂ, ਸਾਨੂੰ ਉਹਨਾਂ ਨੇ ਸੱਦਿਆ ਸੀ, ਅਸੀਂ ਉਸੇ ਲਈ ਉਹ ਆਏ ਹਾਂ। ਥੋੜ੍ਹੀ ਜਿਹੀ ਗੱਲ ਕਰੀਏ ਹਿੰਦੂ ਸਿੱਖ ਭਾਈਚਾਰੇ ਦੀ, ਜਿਹੜਾ ਪਿੱਛੇ ਜਿਹੇ ਮਾਹੌਲ ਖਰਾਬ ਹੋ ਰਿਹਾ, ਹਾਂਜੀ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਨੇ? ਤੁਸੀਂ ਮੈਨੂੰ ਦਿਖਾਓ ਕਿੱਥੇ ਹਿੰਦੂ ਸਿੱਖ ਏਕਤਾ 'ਚ ਫਰਕ ਹੈ ਜੀ। ਕਿਤੇ ਫਰਕ ਨਹੀਂ ਹੈਗਾ। ਇਹਦਾ ਥੋੜ੍ਹੇ ਜਿਹੇ ਬੰਦੇ ਨੇ, ਉਹ 2-4 ਸਿੱਖਾਂ 'ਚ ਵੀ ਹੈਗੇ ਨੇ ਅਤੇ 5-7 ਹਿੰਦੂਆਂ 'ਚ ਵੀ ਹੈਗੇ ਨੇ ਜਿਹੜੇ ਮਾਹੌਲ ਖਰਾਬ ਕਰਦੇ ਨੇ। ਮਾਹੌਲ ਖਰਾਬ ਹੈ ਹੀ ਨਹੀਂ ਪੰਜਾਬ ਦਾ, ਨਾ ਹੋਣ ਦੇਣਗੇ, ਠੀਕ ਹੈ ਨਾ। ਇਹਦੇ ਵਾਸਤੇ ਤਾਂ ਨਾ ਇਹ ਜੇ ਜਿਹੜੇ ਬੰਦੇ ਇਹ ਜਿਹੜੇ ਸੂਰੀ ਵਰਗੇ ਸੀਗੇ, ਜੇ ਇਹਨਾਂ 'ਤੇ ਸਰਕਾਰ ਨੇ ਪੁਲਿਸ ਨੇ ਪਹਿਲਾਂ ਹੀ ਕੋਈ ਐਕਸ਼ਨ ਲਿਆ ਹੁੰਦਾ ਤਾਂ ਇਹ ਗੱਲ ਨੌਬਤ ਇੱਥੇ ਤੱਕ ਆਉਂਦੀ ਹੋਣੀ ਸੀ। ਉਹ ਦੇਖੋ ਕਿੰਨਾ ਬੋਲੇ ਨੇ ਧੀਆਂ ਭੈਣਾਂ ਨੂੰ, ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਹੈ ਨਾ। ਕਿੰਨਾ ਲੋਕਾਂ ਨੂੰ ਗਲਤ ਬੋਲਿਆ, ਮੈਂ ਤਾਂ ਸੋਸ਼ਲ ਮੀਡੀਆ ਦੇਖਿਆ ਨਹੀਂ, ਮੈਂ ਤਾਂ ਪਰਸੋਂ 'ਚ ਉੱਥੇ ਇੱਕ ਨੌਜਵਾਨ ਨੇ ਦਿਖਾਇਆ ਅਤੇ ਉਹ ਕਿਵੇਂ ਬੋਲਦਾ। ਜੇ ਜਦੇ ਪੁਲਿਸ ਨੇ ਫੜ ਕੇ ਉਹਨੂੰ, ਸਰਕਾਰ ਨੇ ਫੜ ਕੇ ਅੰਦਰ ਦਿੱਤਾ ਹੁੰਦਾ, ਉਹਨੂੰ CA ਸਟਾਫ ਲਿਜਾ ਕੇ ਪੁੱਠਾ ਟੰਗਿਆ ਹੁੰਦਾ ਤਾਂ ਨੌਬਤ ਆਉਂਦੀ ਨਹੀਂ ਸੀ। ਇਸ ਲਈ ਕੌਮ ਨੂੰ ਇਨਸਾਫ ਨਹੀਂ ਮਿਲਦਾ, ਜਦ ਇਨਸਾਫ ਨਹੀਂ ਮਿਲਦਾ ਫਿਰ ਜਿਹੜੇ ਇਹ ਜੇ ਐਕਸ਼ਨ ਨੇ ਉਹ ਹੁੰਦੇ ਹੀ ਹੁੰਦੇ ਨੇ। ਇਹ ਸਦੀਵੀ ਹੁੰਦੇ ਆਏ ਨੇ ਗੁਰੂ ਸਾਹਿਬ ਤੋਂ ਲੈ ਕੇ, ਜਦ ਇਨਸਾਫ ਨਹੀਂ ਮਿਲਦਾ। ਜੇ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ 7 ਸਾਲ ਹੋ ਗਏ, ਇਹੀ ਪੰਜਾਬ ਪੁਲਿਸ ਹੈ, ਇਹੀ ਪੰਜਾਬ ਸਰਕਾਰ ਹੈ ਜਿਹੜੀ 24 ਘੰਟੇ 'ਚ ਫੜ ਲੈਂਦੀ ਹੈ ਬੰਦੇ ਨੂੰ, ਅਤੇ 7 ਸਾਲ 'ਚ ਕਿਤੇ ਪਤਾ ਹੀ ਨਹੀਂ ਲੱਗਿਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕਿਹਨੇ ਕੀਤੀਆਂ ਨੇ। ਸਾਹਮਣੇ ਉਹਨਾਂ ਨੂੰ ਨੰਗੇ ਕਰਨ ਜੀ, ਸਾਹਮਣੇ ਉਹਨਾਂ ਨੂੰ ਨੰਗੇ ਤਾਂ ਕਰੋ ਨਾ ਵੀ ਕਿਹਨੇ ਕਿਹਨੇ ਕੀਤੀਆਂ ਨੇ, ਉਹਨਾਂ ਨੂੰ ਸਜਾਵਾਂ ਦੇਵੋ। 84 ਦੇ ਜਿਹੜੇ ਨੇ ਦੰਗੇ ਕਰੇ ਉਹ ਅੱਜ ਤੱਕ ਖੁੱਲ੍ਹੇ ਭਰਦੇ ਫਿਰ ਤੁਰੇ ਫਿਰਦੇ ਨੇ, ਬਲਕਿ ਕਾਂਗਰਸ ਪਾਰਟੀ ਉਹਨਾਂ ਨੂੰ ਆਪਣੇ ਨੁਮਾਇੰਦੇ ਬਣਾਉਂਦੀ ਹੈ।
ठीक है ना। इस वास्ते जो कुछ भी पंजाब हो रहा है ये वास्ते स्टेट जिम्मेवार है और साड़ी जिहड़ी पुलिस है ये भी जिम्मेवार है। इन्हां दी जिहड़ी कारगुजारी है वो सही होनी चाहिए, इंसाफदायक होनी चाहिए है। जिहड़ा बंदा मैं गलत बोलां यार मैनू टंगण, मैं हिंदू सिख भाईचार मुस्लिम भाईचार एकता पंजाब च खराब करा, मैनू टंगण, वो शरेआम कर रहे हैं शरेआम। देखो फिर नहीं हटते वो जिहड़े तीन चार ने, फिर उन्हां नूं आपां उन्हां नूं डिफेंड करते हैं, उन्हां नूं आपां उन्हां दी सुरक्षा करते हैं। मैं तो भगवंत मान नूं मिल के ये गल कह के आऊँगा भी तैनू किसी चीज़ की फिक्र करन दी लोड़ नहीं, सुरक्षा वापस ले लै। जे एक भी बोल गया बोलते ही सुरक्षा करके ने यार, वो तुसीं मैनू दिखाओ कित पूरे इंडिया च मुसलमाना का हिंदुओं का सिखा का आपस च है ही नहीं झगड़ा। मेरे नाल मंडी गोबिंदगढ़ चलो, मैं जिन्हें साढ़े सौदे ने जिन्हें सोने वाले ने जिन्हें अपने होर सारे तो यार हिंदू ने, साढ़े आड़ती है हिंदू ने, कित हिंदू सिख भाईचारक एकता तो कित भी कोई वह नहीं गल हैगी। अमृतसरे चलो मेरे नाल, दरगयाना मंदिर चलो, जल्हे बाग चलो, कित है ही नहीं। ये पांच चार बंदे ने इन्हों फड़ के अंदर देना चाहिए, हूँ भी माहौल खराब करते हैं वो, ठीक है। वो तुम एक गल देखो, एक बंदे ने उहदे मरे ते सूरी दे मरे ते लड्डू वंडते, उहदे ते 295 इहदा परचा देता इसे सरकार ने इसे पुलिस ने, है ना। एक बंदा शरेआम कह रहा है भी मैं सिखां नूं खत्म कर दूंगा, अंदरों कढ के मार दूंगा, उहदे ते कोई सर परचा नहीं, कोई इंसाफ ही नहीं मिलिया। 47 तो लैके पानी साडा लुट लिया, राजधानी सानू नहीं मिली, ठीक है, किन्ना साडे नाल जाति हो गई, ते कोई इंसाफ मिलिया सिखा ने कदे पहल करी हो। जब तो गुरु गोबिंद सिंह महाराज ने खालसा पंथ की साजना की आ कदे सिख हिंसक होए हो, कदे भी कदे हो ही नहीं ना, असी होइए साडा कोई असी हिंसक नहीं है। पर यह है भी जदों जबर और जुल्म हुंदा, जद इंसाफ नहीं मिलता, फिर कौम अपना जिहड़ा गुरु साहब साढ़े सानू कह के गए ने असी गुरु की उदों तो बाहर ही नहीं जाते, है ना। गुरु साहब फिर कह के गए ने ना कि चूं कर अज हम हील ते दर गजश्त, हलाल अस्त बुरदने व शमशीर दस्त। सरसे वाले नूं लिया के टंग नहीं सकते, जे होर नूं फड़ के बाहरों फड़ लिया, एक डॉन सीगा जिहड़ा जेल च है वह बाहर ले पुर्तगाल चों फड़ लिया, इहनूं इत्थों सरसे ते इहनूं फड़ के लिया सकते, फिर साढ़े हत्थ खड़े ने, फिर साढ़े जी उरे रौला पै जूगा। देखो इहदे वास्ते सरकार नूं सख्त स्टैंड लेने पैने ने। गुरु ग्रंथ साहिब महाराज दी इंसाफ मंगदियां सतनाम वाहिगुरू दा जाप करदियां संगतां ते गोली, ठीक है। जिहड़े गुरु ग्रंथ साहिब महाराज की बेअदबी करते हैं सिख कौम के उल्ट बोलते हैं उन्होंने सुरक्षा, ये कित्थे लिखिया है, कित्थे हैगा ये, कि दिखाओ मैनू किहड़े कानून च है। जिहड़ा भी सिख कौम के उल्ट बोलता है गुरु ग्रंथ साहिब महाराज के साडे सिख गुरुआं दे उहनू सुरक्षा, ठीक है, ते जिहड़ा उन्हां दा इंसाफ मंगदा उन्हां नूं गोलियां। इस वास्ते फिर जिहड़ी ये गुरु गोबिंद सिंह महाराज की कौम है इहनू कोई नहीं खत्म कर सकता। जे स्टेट तशद्दद सरकार का दबाव खत्म करना हुंदा फिर गुरु गोबिंद सिंह महाराज साजना काते करदे, फिर तो अबदाली होनी हो सानू मस्से रंगड़ होनी हो औरंगे होनी हो खत्म कर जाते, फिर तो बेअंत सिंह कर जाता सानू खत्म, इंदिरा गांधी कर जाती हुई है ना। ये ना इंसाफी करते ने, इंसाफ नहीं जब मिलता फिर वह जिहड़ा कौम ने जवाब देना ही हुंदा और कौम दिंदी है। ਵਾਰਸ ਪੰਜਾਬ ਦੀ ਜਿਹੜੀ ਸੋਚ ਸੀ ਦੀਪ ਸਿੱਧੂ ਵੀਰ ਬਾਈ ਉਹਨਾਂ ਨੇ ਸ਼ੁਰੂ ਕੀਤੀ, ਕੀ ਸੁਨੇਹਾ ਦਿੰਦੇ ਹੋ ਤੁਸੀਂ ਨੌਜਵਾਨ ਪੀੜ੍ਹੀ ਨੂੰ ਇਹਦੇ ਬਾਰੇ? ਦੇਖੋ ਨੌਜਵਾਨਾਂ ਨੂੰ ਇਹੀ ਗੱਲ ਆਪਾਂ ਕਹਿੰਦੇ ਹਾਂ ਕਿ ਗੁਰੂ ਨੂੰ ਸਮਰਪਿਤ ਹੋਈਏ, ਪੰਜਾਬ ਨੂੰ ਸਮਰਪਿਤ ਹੋਈਏ, ਹੈ ਨਾ। ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਸੀ ਵੀ ਜਿਹੜਾ ਵੀ ਪੰਜਾਬ ਨੂੰ ਪਿਆਰ ਕਰਦਾ ਚਾਹੇ ਉਹ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ ਚਾਹੇ ਈਸਾਈ ਹੈ, ਆਪਾਂ ਪੰਜਾਬ ਦੀ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਗੱਲ ਕਰੀਏ। ਪਾਤਸ਼ਾਹੀ ਦਾਅਵਾ ਹੈ ਕੌਮ ਦਾ, ਇੱਕੋ ਇੱਕ ਵਰਲਡ 'ਚ ਕੌਮ ਹੈ ਸਿੱਖ ਕੌਮ ਜਿਹਦੀ ਸਾਜਨਾ ਕਰਨ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹੀ ਦਾਅਵਾ ਕਰਕੇ ਗਏ ਨੇ, ਕੌਮ ਦਾ ਦੇ ਕੇ ਗਏ ਨੇ ਕੌਮ ਨੂੰ, ਠੀਕ ਹੈ। ਅਤੇ ਅੱਜ ਕੱਲ੍ਹ ਦੇ ਸਾਡੇ ਲੀਡਰ ਭੁੱਲੇ ਹੀ ਫਿਰਦੇ ਨੇ ਸਾਰਾ ਕੁਛ, ਪੰਚੀਆਂ ਸਰਪੰਚੀਆਂ ਚੀਫ ਮਿਨਿਸਟਰੀਆਂ 'ਚ ਉਲਝੇ ਪਏ ਹੈ। ਤੁਸੀਂ ਇੱਕ ਗੱਲ ਦੇਖੋ, ਆਪਣਾ ਸਮਝ ਲੈਂਦੇ ਆ ਕਿ ਗੁਰੂ ਕਲਾ ਨਹੀਂ ਵਰਤਾਉਂਦਾ, ਹੈ ਨਾ, ਗੁਰੂ ਸਾਹਿਬ ਬਖਸ਼ਿਸ਼ ਨਹੀਂ ਕਰਦੇ, ਇੱਦੋਂ ਬੜੀ ਹੋਰ ਕੀ ਹੋਊ। ਅੱਜ ਬਾਦਲ ਕਿੱਥੇ ਗਿਆ, ਕੈਪਟਨ ਅਮਰਿੰਦਰ ਸਿੰਘ ਕਿੱਥੇ ਗਿਆ, ਠੀਕ ਹੈ, ਸਰਸੇ ਵਾਲਾ ਲੁਕਿਆ ਫਿਰਦਾ ਖੱਡ 'ਚ ਬੜਿਆ ਫਿਰਦਾ, ਅਸੀਂ ਤਾਂ ਇੱਥੇ ਆਮ ਤੁਹਾਡੇ ਕੋਲ ਤੁਰੇ ਫਿਰਦੇ ਹਾਂ ਸਕੂਟਰੀਆਂ 'ਤੇ, ਤਾਂ ਫੌਜੀ ਸਾਹਿਬ ਬਲਾਚੌਰ ਤੋਂ ਮੋਟਰਸਾਈਕਲ 'ਤੇ ਆਏ ਨੇ, ਠੀਕ ਹੈ, ਸਾਨੂੰ ਕੀ ਡਰ ਹੈ ਯਾਰ, ਸੱਚ ਨੂੰ ਕਾਹਦੀ ਆਂਚ ਹੁੰਦੀ ਹੈ। ਅਤੇ ਬਾਕੀ ਜਿਹੜੀ ਰਹੀ ਗੱਲ, ਇਨਸਾਫ ਦੇਣਾ ਚਾਹੀਦਾ। ਦੇਖੋ ਮੈਂ ਆਪ ਹਿੰਦੂਆਂ ਦੇ ਖਿਲਾਫ ਬੋਲਾਂ, ਮੁਸਲਮਾਨਾਂ ਦੇ ਖਿਲਾਫ ਬੋਲਾਂ, ਈਸਾਈਆਂ ਦੇ ਬੋਲਾਂ, ਮੈਨੂੰ ਫੜ ਕੇ ਟੰਗਣਾ ਚਾਹੀਦਾ ਚਾਹੇ ਕੋਈ ਹੈ। ਜਿਹੜਾ ਸਾਡੇ ਖਿਲਾਫ ਸਿੱਖਾਂ ਦੇ ਬੋਲਦਾ ਉਹਨੂੰ ਵੀ ਟੰਗਣਾ ਚਾਹੀਦਾ, ਉਹਨੂੰ ਯਾਰ ਫਿਰ ਜਾਕਟਾਂ ਦਿੰਦੇ ਨੇ ਜਾ ਕੇ। ਦੇਖੋ ਇੱਕੋ ਹਿੰਦੂ ਭਾਈਚਾਰੇ ਦੇ ਵਿੱਚ ਮੁੰਡਾ ਪੱਤਰਕਾਰ ਹੈ ਨਾ, ਉਹਨੇ ਉਹ ਕਿੰਨੇ ਠੋਕੇ ਨੇ ਸੱਤੇ ਅੱਠੇ,
ਕਿੰਨੇ ਉਹ ਛੁੱਕਲੀ ਲੈ ਗਿਆ ਪਾ ਕੇ ਕਹਿੰਦਾ ਤੁਹਾਨੂੰ ਜਾਕਟਾਂ ਦੀ ਲੋੜ ਨਹੀਂ ਇਹਦੀ ਲੋੜ ਹੈ। ਕਿੱਡੀ ਵਧੀਆ ਗੱਲ ਹੈ। ਔਰ ਅਸੀਂ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਉਹਨੂੰ 11,000 ਰੁਪਈਆ ਦੇ ਕੇ ਸਨਮਾਨਿਤ ਕਰਾਂਗੇ। ਯਾਰ ਉਹਨੇ ਸੱਚ ਤਾਂ ਬੋਲਿਆ, ਉਹਨੇ ਸਹੀ ਗੱਲ ਦੱਸੀ। ਜਾਕਟ ਦੀ ਲੋੜ ਤਾਂ ਦੁਸ਼ਟ ਨੂੰ ਹੁੰਦੀ ਹੈ, ਜਿਹੜਾ ਜ਼ੁਲਮ ਕਰੂਗਾ ਜ਼ਬਰ ਕਰੂਗਾ ਉਹਨੂੰ ਜਾਕਟਾਂ ਦੀ ਯਾਰ ਸੁਰੱਖਿਆ ਦੀ ਲੋੜ ਹੈ। ਠੀਕ ਹੈ, ਇਸ ਕਰਕੇ ਉਹਨੂੰ ਤਾਂ ਛੁੱਕਲੀਆਂ ਦੀ ਲੋੜ ਹੈ। ਮੈਂ ਤਾਂ ਕਹਿੰਦਾ ਪੰਜਾਬ ਪੁਲਿਸ ਕਰੇ, ਸਮਰੱਥਾ ਰੱਖਦੀ ਹੈ, ਇਹ ਵੀ ਸਾਡੇ ਇਹ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਪੰਜਾਬ ਪੁਲਿਸ ਨਹੀਂ ਮੰਨਦੀ, ਇਹ ਵੀ ਉਸੇ ਸਿੱਖ ਕੌਮ 'ਚੋਂ ਹੈ, ਵੀ ਸਾਡੇ ਭੈਣ ਭਰਾ ਨੇ ਪਿੰਡਾਂ 'ਚੋਂ ਆਏ ਨੇ, ਇੱਕ ਵਾਰ ਇਹਨਾਂ ਦੀ CIA ਗੇੜਾ ਲਵਾ ਦੇਣ, ਜੇ ਮੁੜ ਕੇ ਬੋਲ ਕੇ ਮੇਰਾ ਨਾਂ ਉਪਟਾ ਦਿਓ। ਇਹ ਸਿਰਫ ਇਹਨਾਂ ਨੂੰ ਸਰਕਾਰ ਡਿਫੈਂਡ ਕਰਦੀ ਹੈ, ਸਟੇਟ ਇਹਨਾਂ ਨੂੰ ਉਸ ਅਕਸਾਉਂਦੀ ਹੈ ਵੀ ਤੁਸੀਂ ਬੋਲੋ ਤੁਹਾਨੂੰ ਸੁਰੱਖਿਆ ਦਿੰਦੇ ਹਾਂ। ਠੀਕ ਹੈ, ਇਸ ਵਾਸਤੇ ਸਾਰਾ ਕੁਛ ਸਟੇਟ ਦੀ ਜ਼ਿੰਮੇਵਾਰੀ ਹੈ, ਉਹਨੂੰ ਕਰਨਾ ਚਾਹੀਦਾ। ਜਦੋਂ ਇਨਸਾਫ ਨਹੀਂ ਮਿਲਦਾ, ਜਦੋਂ ਜ਼ਬਰ ਔਰ ਜ਼ੁਲਮ ਦਾ ਅੰਤ ਹੋ ਜਾਂਦਾ, ਫਿਰ ਕੌਮ ਆਪਣਾ ਜਿਹੜਾ ਇਤਿਹਾਸ ਹੈ ਪੁਰਾਤਨ, ਫਿਰ ਉਹ ਦੁਹਰਾਉਂਦੀ ਹੈ। ਮੈਂ ਗੁਰਪ੍ਰੀਤ ਸਿੰਘ ਖਾਲਸਾ, ਸਮਰਾਲੇ ਅਟਾਲਾ ਤੋਂ, ਅਤੇ ਜਿਹੜਾ ਇਹ ਅੱਜ ਦਾ ਸਮਾਗਮ ਸੀਗਾ, ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਨੂੰ ਸਮਰਪਿਤ ਅਸੀਂ ਇਹ ਪ੍ਰੋਗਰਾਮ ਕਰਵਾਇਆ ਹੈ, ਜਿਹਦੇ ਵਿੱਚ ਵਾਰਸ ਪੰਜਾਬ ਜਥੇਬੰਦੀ ਦੇ ਬਾਬਾ ਬਲਵਿੰਦਰ ਸਿੰਘ ਜੀ ਤਲਵਾੜਾ, ਸਰਦਾਰ ਹਰਨੇਕ ਸਿੰਘ ਫੌਜੀ ਅਤੇ ਬਾਈ ਮਨਦੀਪ ਸਿੰਘ ਸਿੱਧੂ ਦੇ ਭਰਾ ਦੀਪ ਸਿੰਘ ਸਿੱਧੂ ਦੇ ਭਰਾ ਬਾਈ ਮਨਦੀਪ ਸਿੰਘ ਸਿੱਧੂ ਵੀ ਸਾਡੇ ਨਾਲ ਜ਼ਰੂਰ ਪਹੁੰਚੇ ਨੇ, ਅਤੇ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਅਤੇ ਸਾਡੇ ਸਮਰਾਲੇ ਪ੍ਰਸ਼ਾਸਨ ਦਾ ਵੀ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਾਂਗੇ, ਜਿਨ੍ਹਾਂ ਨੇ ਸਾਡੇ ਨਾਲ ਬਹੁਤ ਵਧੀਆ ਸਾਡਾ ਉਪਰਾਲਿਆਂ ਦਾ ਨਾਲ ਕਰਕੇ ਸਾਨੂੰ ਸਹਿਯੋਗ ਦਿੱਤਾ ਹੈ। ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਕਹਿਣਾ ਚਾਹੁੰਦੇ ਹਾਂ? ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਇਸ ਟਾਈਮ ਹੋ ਰਹੇ ਨੇ, ਸਿਰਫ ਅਸੀਂ ਉਹਦੇ ਲਈ ਇਹ ਕਹਾਂਗੇ ਵੀ ਆਪਸੀ ਭਾਈਚਾਰਕ ਸਾਂਝ ਜ਼ਰੂਰੀ ਆ। ਠੀਕ ਆ, ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਭਰਾ ਨੇ, ਕੋਈ ਸਾਡੇ ਤੋਂ ਵੱਖ ਨਹੀਂ ਹੈਗਾ, ਸਿਰਫ ਆਪਾਂ ਇਹ ਭਾਈਚਾਰਕ ਸਾਂਝ ਆ ਜਿਹੜੀ ਆਪਾਂ ਇਹਨੂੰ ਮਜ਼ਬੂਤ ਕਰਨਾ, ਨਾ ਕਿ ਧੜੇਬੰਦੀਆਂ ਨੂੰ। ਅੱਜ ਇੱਥੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਆ, ਉਹਦੇ 'ਚ ਅੱਜ ਅਸੀਂ ਇੱਥੇ ਸੰਗਤਾਂ ਦੇ ਨਾਲ ਰੂਬਰੂ ਹੋਣ ਆਏ ਹਾਂ, ਅਤੇ ਸਾਰੀ ਗੁਰਦੁਆਰਾ ਸਾਹਿਬ ਦੀ ਵੀ ਜਿਹੜੀ ਕਮੇਟੀ ਆ ਅਤੇ ਸਾਡੇ ਬਾਬਾ ਜੀ ਇੱਥੋਂ ਗੁਰਪ੍ਰੀਤ ਸਿੰਘ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਐਡਾ ਉਪਰਾਲਾ ਕਰਕੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਨੂੰ ਨੂੰ ਸਮਰਪਿਤ ਇਹ ਸਮਾਗਮ ਅੱਜ ਰੱਖੇ ਗਏ ਹੈ। ਹਿੰਦੂ ਮੁਸਲਿਮ ਭਾਈਚਾਰਾ ਪੰਜਾਬ ਵਿੱਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਇਹਨਾਂ ਨੂੰ ਵੱਖ ਕਰਨ ਦੀ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਦੇਖੋ ਸਾਰੇ ਧਰਮ ਆਪਦੀ ਥਾਂ 'ਤੇ ਰਿਸਪੈਕਟਫੁੱਲ ਆ, ਆਪਾਂ ਨੂੰ ਸਭ ਦਾ ਸਨਮਾਨ ਕਰਨਾ ਚਾਹੀਦਾ, ਆਪਾਂ ਨੂੰ ਆਪਣੀ ਬਾਣੀ ਆਪਣੇ ਗੁਰੂ ਸਾਹਿਬ ਇਹੀ ਦਿੰਦੇ ਆ ਵੀ ਸਭ ਧਰਮ ਬਰਾਬਰ ਆ, ਪੂਜਨੀਏ ਆ, ਆਪਾਂ ਨੂੰ ਕਿਸੇ ਦੇ ਪ੍ਰਤੀ ਇੱਕ ਦੂਜੇ ਦੇ ਜਾਂ ਆਪਣੇ ਧਰਮਾਂ ਦੇ ਪ੍ਰਤੀ ਬੋਲਣਾ ਨਹੀਂ ਚਾਹੀਦਾ ਹੈਗਾ, ਕੋਈ ਨੈਗੇਟਿਵ ਥੋਟਸ ਨਹੀਂ ਲਿਆਉਣੇ ਚਾਹੀਦੇ ਗੇ, ਅਮਨ ਸ਼ਾਂਤੀ ਕਾਇਮ ਕਰਨੀ ਚਾਹੀਦੀ ਆ। ਆਪਾਂ ਨੂੰ ਆਪਣੀ ਬਾਣੀ ਵੀ ਇਹੀ ਕਹਿੰਦੀ ਆ ਵੀ ਆਪਾਂ ਸਭ ਦਾ ਸਤਿਕਾਰ ਕਰੀਏ, ਆਪਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸਾਰੀਆਂ ਬਾਣੀਆਂ ਦਾ ਵਿੱਚ ਉਸ 'ਚ ਜ਼ਿਕਰ ਹੈਗਾ ਗਾ, ਉਹਨਾਂ ਨੂੰ ਜੇ ਆਪਣੇ ਗੁਰੂ ਸਾਹਿਬ ਸਨਮਾਨ ਦੇ ਸਕਦੇ ਆ ਤਾਂ ਆਪਾਂ ਤਾਂ ਬਹੁਤ ਨਿਮਾਣੇ ਆ, ਆਪਾਂ ਨੂੰ ਸਭ ਨਾਲ ਰਲ ਕੇ ਚੱਲਣਾ ਚਾਹੀਦਾ ਹੈਗਾ। ਵਾਰਸ ਪੰਜਾਬ ਦੀ ਜੋ ਅਪੀਲ ਆ ਉਹਨੂੰ ਲੈ ਕੇ ਤੁਸੀਂ ਕਹਿਣਾ? ਨਹੀਂ, ਵਾਰਸ ਪੰਜਾਬ ਦੇ, ਦੇਖੋ ਤੁਸੀਂ ਵੀ ਪੰਜਾਬ ਦੇ ਹੋ, ਤੁਸੀਂ ਵੀ ਵਾਰਸ ਹੋ, ਆਪਾਂ ਤੁਸੀਂ ਦੱਸੋ, ਤੁਸੀਂ ਵਾਰਸ ਨਹੀਂ ਹੈਗੇ ਪੰਜਾਬ ਦੇ, ਆਪਾਂ ਸਾਰੇ ਵਾਰਸ ਹਾਂ, ਅਤੇ ਆਪਾਂ ਨੂੰ ਆਪਣੇ ਪੰਜਾਬ ਲਈ ਖੜ੍ਹਨਾ ਚਾਹੀਦਾ ਹੈਗਾ ਹਮੇਸ਼ਾ।